ਕਰਦਾ ਯਾਰ ਨਾ ਅਦਾ ਨਾ ਉਹਨੇ ਉੱਥੇ ਕੋਈ ਨਹੀਂ ਕਰਦਾ ਉਹਨਾਂ ਲੱਗੇ ਯਾਰ ਲੱਗੇ ਰਹਿਣ ਆਲੋ ਮੈਂ ਤੁਹਾਨੂੰ ਬਾਹਰ ਲੱਗੇ ਰਹਿਣ ਯਾਦ ਆ ਕੇ ਸਾਹ ਦੇ ਲੋ ਅਦਾ ਯਾਰ ਕਹੀ ਜਾਂਦੇ ਤੁਹਾਨੂੰ ਕਿਹਾ ਬਾਪ ਚਲੋ ਕੋਈ ਗੱਲ ਨਹੀਂ ਕੋਈ ਸਰਕਾਰ ਨੇ ਚਲਾਏ ਇੱਥੇ ਗੱਡੀਆਂ ਲੱਗਦੀਆਂ ਵਾ ਸਭ ਕੁਝ ਹੁੰਦਾ ਵਾ ਸਿਰਫ ਸਾਡੇ ਆਟੋ ਨਾਲ ਹੀ ਮਤਲਬ ਰਸ਼ ਪੈਂਦਾ ਵਾ ਕੋਈ ਗੱਡੀ ਲਾ ਜਾਏਗਾ ਉਹਨੂੰ ਕੁਝ ਨਹੀਂ ਪੁੱਛਿਆ ਜਾਏਗਾ ਸਿਰਫ ਸਾਡੇ ਜਦੋਂ ਦੋ ਆਟੋ ਲੱਗ ਜਾਣਗੇ ਸਾਨੂੰ ਉਸਲੇ ਸਾਨੂੰ ਇਸ ਤਰ੍ਹਾਂ ਕਹਿੰਦਾ ਜਿਸ ਤਰ੍ਹਾਂ ਭਾਣੇ ਸੀ ਕੀ ਹੁੰਨੇ ਆ ਚਲੋ ਗਾਲ ਆ ਜੋ ਅਸੀਂ ਪੜ੍ਹੇ ਲਿਖੇ ਬੱਚੇ ਆ ਹਰ ਜੇ ਨਹੀਂ ਸਾਨੂੰ ਨੌਕਰੀਆਂ ਮਿਲਿਆ ਕੀ ਗੱਲ ਅਸੀਂ ਮਿਹਨਤ ਨਹੀਂ ਕਰ ਸਕਦੇ ਹੁਣ ਅਸੀਂ ਆਪਣੀ ਮਿਹਨਤ ਕਰਨ ਦੇ ਆ ਜੇ ਅਸੀਂ ਨਸ਼ਾ ਵੇਚੀਏ ਤੇ ਉਹ ਚੰਗੀ ਗੱਲ ਆ ਨਸ਼ਾ ਵੇਚ ਕੇ ਆਪਣੇ ਬੱਚੇ ਪਾਲੀਏ ਕਿੱਥੋਂ ਪਾਲੀਏ ਮੇਰੇ ਬੱਚਾ ਮੇਰੀ ਗੁੜੀਆ ਸੰਤਨ ਸਕੂਲ ਪੜ੍ਹਨ ਦੀ ਆ 1,20,000 ਰੁਪਇਆ ਮਹੀਨੇ ਦਾ ਖਰਚਾ ਮੈਂ ਕਿੱਥੋਂ ਲਿਆਉਂ ਮੈਂ ਸਮੈਕ ਵੇਚਾਂ ਕੀ ਵੇਚਾਂ ਦੱਸੋ ਮੈਨੂੰ ਟ੍ਰੈਫਿਕ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਲੋਕ ਵੀ ਟ੍ਰੈਫਿਕ ਜਾਮ ਤੋਂ ਕਾਫੀ ਪਰੇਸ਼ਾਨ ਰਹਿੰਦੇ ਨੇ ਟ੍ਰੈਫਿਕ ਪੁਲਿਸ ਵੱਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਗੁਰਦਾਸਪੁਰ ਨੇੜਲੇ ਬਟਾਲਾ ਵਿੱਚ ਬੱਸ ਸਟੈਂਡ ਦੇ ਬਾਹਰ ਲੱਗੇ ਆਟੋ ਰਿਕਸ਼ੇ ਹਟਾਉਣ ਦੌਰਾਨ ਪੁਲਿਸ ਨੂੰ ਆਟੋ ਚਾਲਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਵਿਰੋਧ ਬਾਰੇ ਆਟੋ ਚਾਲਕਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਆਟੋ ਸੜਕਾਂ ਤੇ ਲਗਾਉਣ ਤੋਂ ਰੋਕਿਆ ਜਾਂਦਾ ਹੈ ਜਦੋਂ ਕਿ ਇਸ ਜਗ੍ਹਾ ਤੇ ਹੋਰ ਗੱਡੀਆਂ ਵੀ ਲਗਾਈਆਂ ਜਾਂਦੀਆਂ ਨੇ ਉਹਨਾਂ ਕਿਹਾ ਕਿ ਵਿਰੋਧ ਤੋਂ ਬਾਅਦ ਪੁਲਿਸ ਵੱਲੋਂ ਫਿਲਹਾਲ 3 ਆਟੋ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਆਟੋ ਚਾਲਕ ਪੁਲਿਸ ਦੀ ਇਸ ਕਾਰਵਾਈ ਤੋਂ ਕਾਫੀ ਗੁੱਸੇ ਵਿੱਚ ਵੀ ਨਜ਼ਰ ਆਏ ਉਹਨਾਂ ਕਿਹਾ ਕਿ ਹੋਰ ਸ਼ਹਿਰਾਂ ਵਿੱਚ ਵੀ ਆਟੋ ਸੜਕਾਂ ਤੇ ਹੀ ਲਗਾਏ ਜਾਂਦੇ ਨੇ ਪਰ ਪੁਲਿਸ ਵੱਲੋਂ ਚਾਲਕਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਮੱਸਿਆ ਭਾਜੀ ਸਾਡੀ ਆਟੋ ਲੱਗਣ ਨੂੰ ਲੈ ਕੇ ਹੋਈ ਸੀ ਸਰ ਇੱਥੇ ਅਸੀਂ ਆਟੋ ਮਤਲਬ ਲਾਉਂਦੇ ਹਾਂ ਇਹ ਸਾਨੂੰ ਆਟੋ ਲਾਉਣ ਨਹੀਂ ਦਿੰਦੇ ਪੁਲਿਸ ਵਾਲੇ ਕੋਈ ਵੀ ਆ ਇੱਥੇ ਗੱਡੀਆਂ ਲੱਗਦੀਆਂ ਵਾ ਸਭ ਕੁਝ ਹੁੰਦਾ ਵਾ ਸਿਰਫ ਸਾਡੇ ਆਟੋ ਨਾਲ ਹੀ ਮਤਲਬ ਰਸ਼ ਪੈਂਦਾ ਵਾ ਕੋਈ ਗੱਡੀ ਲਾ ਜਾਏਗਾ ਉਹਨੂੰ ਕੁਛ ਨਹੀਂ ਪੁੱਛਿਆ ਜਾਏਗਾ ਸਿਰਫ ਸਾਡੇ ਜਦੋਂ ਦੋ ਆਟੋ ਲੱਗ ਜਾਣਗੇ ਸਾਨੂੰ ਉਸਲੇ ਸਾਨੂੰ ਇਸ ਤਰ੍ਹਾਂ ਕਹਿੰਦਾ ਜਿਸ ਤਰ੍ਹਾਂ ਭਾਣੇ ਅਸੀਂ ਕੀ ਹੁੰਨੇ ਆ ਚਲੋ ਗਾਲ ਆ ਜੋ ਅਸੀਂ ਪੜ੍ਹੇ ਲਿਖੇ ਬੱਚੇ ਹਾਂ ਹਰ ਜੇ ਨਹੀਂ ਸਾਨੂੰ ਨੌਕਰੀਆਂ ਮਿਲਿਆ ਕੀ ਗੱਲ ਅਸੀਂ ਮਿਹਨਤ ਨਹੀਂ ਕਰ ਸਕਦੇ ਅਸੀਂ ਗੁਲਾਮ ਮੁਲਕ 'ਚ ਰਹਿਣੇ ਹਾਂ ਹੁਣ ਇਹਨਾਂ ਵੱਲੋਂ ਸਾਨੂੰ ਇਹ ਦਿੱਤੀ ਗਈ ਅਦਾਲਤ ਵੀ ਇਹ ਕਹਿੰਦੇ ਵੀ ਤੁਸੀਂ 3 ਆਟੋ ਲਾ ਸਕਦੇ ਜੀ ਹਾਂਜੀ ਯਾਰ 3 ਆਟੋ ਅਸੀਂ ਦੇਖੋ ਹੁਣ ਲਾਉਂਦੇ ਹਾਂ ਇਹਨਾਂ ਨੇ ਸਾਨੂੰ ਪਤਾ ਹੁਣ ਨਹੀਂ ਲਾਉਂਦੇ ਨੇ ਬਾਅਦ 'ਚ ਫਿਰ ਤੁਸੀਂ ਇਸ ਟਾਈਮ ਮੌਕੇ 'ਤੇ ਹੈਗੇ ਜੇ ਅਸੀਂ ਲਾਵਾਂਗੇ ਬਾਅਦ 'ਚ ਸਾਨੂੰ ਨਹੀਂ ਲੱਗਣ ਦੇਣੇ ਭਾਅ ਜੀ ਸਾਡਾ ਕਾਰਨ ਮੁੱਖ ਇਹ ਹੈ ਕਿ ਸਾਨੂੰ ਆਟੋ ਨਹੀਂ ਲਾਉਣ ਦੇ ਬੱਸ ਸਟੈਂਡ ਲਾਗੇ ਇਹ ਵੇਖੋ ਇਹ ਬਟਾਲਾ ਛੋਟਾ ਜਿਹਾ ਸ਼ਹਿਰ ਹੈ ਇੱਕ ਅੰਮ੍ਰਿਤਸਰ ਤੁਸੀਂ ਜਾ ਕੇ ਵੇਖੋ ਥਾਂ ਥਾਂ 'ਤੇ ਆਟੋ ਕੋਈ ਪੁਲਿਸ ਵਾਲਾ ਕੋਈ ਕੁਛ ਨਹੀਂ ਰੋਕ ਸਕਦਾ ਕਿਉਂਕਿ ਇਹ ਮੋਦੀ ਸਰਕਾਰ ਨੇ ਚਾਲੂ ਕੀਤੇ ਆ ਧੂੰਏ ਨੂੰ ਬੰਦ ਕਰਨ ਵਾਸਤੇ ਠੀਕ ਹੈ ਅਤੇ ਜੇ ਉਹਨਾਂ ਦੀ ਨਹੀਂ ਗੱਲ ਮੰਨਣੀ ਤਾਂ ਪ੍ਰਸ਼ਾਸਨ ਕਿਹਦੀ ਗੱਲ ਮੰਨੇਗਾ ਠੀਕ ਆ ਹੁਣ ਅਸੀਂ ਆਪਣੀ ਮਿਹਨਤ ਕਰਨ ਦੇ ਹਾਂ ਜੇ ਅਸੀਂ ਨਸ਼ਾ ਵੇਚੀਏ ਤਾਂ ਉਹ ਚੰਗੀ ਗੱਲ ਆ ਨਸ਼ਾ ਵੇਚ ਕੇ ਆਪਣੇ ਬੱਚੇ ਪਾਲੀਏ ਕਿੱਥੋਂ ਪਾਲੀਏ ਮੇਰੇ ਬੱਚਾ ਮੇਰੀ ਗੁੜੀਆ ਸੰਤਨ ਸਕੂਲ ਪੜ੍ਹਨ ਡਈ ਆ 1,20,000 ਰੁਪਇਆ ਮਹੀਨੇ ਦਾ ਖਰਚਾ ਮੈਂ ਕਿੱਥੋਂ ਲਿਆਉਂ ਮੈਂ ਸਮੈਕ ਵੇਚਾਂ ਕੀ ਵੇਚਾਂ ਦੱਸੋ ਮੈਨੂੰ ਇਸ ਮਾਮਲੇ ਬਾਰੇ ਪੁਲਿਸ ਨੇ ਕਿਹਾ ਕਿ ਆਟੋ ਸੜਕ ਤੇ ਲੱਗਣ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਵੱਲੋਂ ਆਟੋ ਚਾਲਕਾਂ ਨੂੰ ਆਟੋ ਸੜਕ ਤੋਂ ਥੱਲੇ ਲਗਾਉਣ ਲਈ ਕਿਹਾ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਕਮੀ ਕਾਰਨ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਜਿਸ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਆਟੋ ਵਾਲੇ ਸਾਰੇ ਇਹ ਜਵਾਨ ਇੱਥੇ ਲੱਗੇ ਹੋਏ ਸੀ ਜਵਾਨਾਂ ਨੇ ਕਿਹਾ ਵੀ ਆਟੋ ਜ਼ਿਆਦਾ ਨਹੀਂ ਲੱਗਣ ਦੇਣੇ ਇਹ ਝੋਲੀਆਂ ਬਣਾ ਕੇ ਖਲੋ ਜਾਂਦੇ ਆ ਇੱਥੇ ਬੜੀ ਸਮੱਸਿਆ ਆਉਂਦੀ ਹੈ ਸਮੱਸਿਆ ਆਉਣ ਨਾਲ ਜਿਹੜੀ ਕਿ ਗਾਂਧੀ ਚੌਂਕ 'ਚੋਂ ਜਾਮਨੀ ਚੌਂਕ ਅਸੀਂ ਅੱਗੇ ਖੁਦ ਆਪ ਵੀ ਗਾਂਧੀ ਚੌਂਕ 'ਚ 2-3 ਘੰਟੇ ਲਾ ਗਏ ਹਾਂ ਅੱਜ ਕੱਲ੍ਹ ਵਿਆਹ ਸ਼ਾਦੀਆਂ ਦਾ ਵੀ ਪ੍ਰੋਗਰਾਮ ਆ ਬਾਰਸ ਦਾ ਵੀ ਪ੍ਰੋਗਰਾਮ ਆ ਰਕਸ਼ਿਆ ਵਾਲੇ ਵੀ ਕਹਿੰਦੇ ਵੀ ਸੜਕ 'ਤੇ ਲਾਈਏ ਅਸੀਂ ਇਹਨਾਂ ਨੂੰ ਇਹੋ ਸਮਝਾਇਆ ਵੀ ਸੜਕ ਤੋਂ ਥੱਲੇ ਲਾਓ ਅਤੇ 1 ਜਾਂ 2 ਜਾਂ 3 ਤੋਂ ਵੱਧ ਨਾ ਲਾਓ ਜੇ ਤੁਸੀਂ ਲਾਉਣਾ ਤਾਂ ਅੱਗੇ ਪਿੱਛੇ ਕਰਕੇ ਲਾਓ ਸਰ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੇ ਕੋਲ ਜਵਾਨ ਥੋੜ੍ਹੇ ਆ ਜਵਾਨ ਹੋਮਗਾਰਡ ਦੇ ਆ ਅਜੇ ਇਹਨਾਂ ਨੂੰ ਅਸੀਂ ਬੜਾ ਸਮਝਾਈਦਾ ਵੀ ਸਾਰੇ ਜਾ ਕੇ ਤੁਸੀਂ ਫਿਰੋ ਆਪਣੇ ਸਾਡੇ ਪੱਕੇ ਜਿਹੜੇ ਮੁਲਾਜ਼ਮਾਂ ਥੋੜ੍ਹੇ ਆ ਥੋੜ੍ਹੇ ਹੋਣ ਕਰਕੇ ਜਿਹੜੀ ਕਰਕੇ ਆ ਦਿੱਕਤ ਆਉਂਦੀ ਆ ਅਸੀਂ ਇਹ ਕਰਕੇ ਮੈਂ ਅਸੀਂ ਸਾਹਿਬ ਨੂੰ ਵੀ ਨੌਲੇਜ ਲਿਆਵਾਂਗੇ ਵੀ ਸਾਰਾ ਆਹ ਗੱਲ ਆ ਸਾਨੂੰ ਥੋੜ੍ਹੇ ਜਵਾਨ ਪੱਕੇ ਦਿੱਤੇ ਜਾਣ 2-4 ਜਾਣੇ ਅਤੇ ਜਵਾਨਾਂ ਨਵਿਆਂ ਨੂੰ ਪਤਾ ਇਹਨਾਂ ਨੂੰ ਬਾਕੀ ਸਮਝਾਈਦਾ ਵਾ ਵੀ ਆਟੋ ਵਾਲਿਆਂ ਨੇ ਇੰਨੀ ਗੱਲ ਕਹਿ ਕੱਚੇ ਕਰਕੇ ਲਾਓ ਕੱਚੇ ਲਾਉਣ ਨਾਲ ਸਾਡਾ ਜਿਹੜਾ ਕਿ ਦਿੱਕਤ ਘੱਟ ਜਾਂਦੀ ਆ ਆਵਾਜਾਈ ਦੀ ਬੱਸ ਸਟੈਂਡ ਹੋਣ ਕਰਕੇ ਨਾ ਜ਼ਿਆਦਾ ਇੱਥੇ ਪ੍ਰੋਬਲਮ ਇਹੋ ਹੀ ਆ ਵੀ ਸਾਨੂੰ ਇਹ ਜਿਹੜੀ ਆ ਸੜਕ ਮਾਲੀ ਜੀ ਇਸ ਮਾਮਲੇ ਵਿੱਚ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਦੀ ਕਮੀ ਹੋਣ ਦੀ ਵਜ੍ਹਾ ਦੱਸੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਕਿ ਇਸ ਨੂੰ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਦੂਰ ਕਰ ਲਿਆ ਜਾਵੇਗਾ
हुण देखना होवेगा कि पुलिस वालों शहर वासियों नूं आ रही इस समस्या का की हल कढ़िया जांदा है। गुरदासपुर तो रोहित गुप्ता, पंजाबी लोक चैनल।